ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਗਿਆ ਹੈ ਉਦੋਂ ਤੋਂ ਹੀ ਵਿਦਿਆਰਥੀ ਜਗਤ ਵਿੱਚ ਰੋਸ ਵੇਖਿਆ ਜਾ ਰਿਹਾ। ਇਸ ਸੰਬੰਧ ਵਿੱਚ ਅੱਜ ਜਲੰਧਰ ਵਿਖੇ ਸਟੂਡੈਂਟ ਸੰਘਰਸ਼ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਬਾਰੇ ਗੱਲਬਾਤ ਕਰਦੇ ਹੋਏ ਸਟੂਡੈਂਟ ਸੰਘਰਸ਼ ਮੋਰਚਾ ਦੇ ਮੁਖੀ ਨੇ ਦੱਸਿਆ। ਜਿਸ ਦੇ ਤਹਿਤ ਜਿਹੜਾ ਵੱਖ ਵੱਖ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਜਿਹਦੇ ਵਿੱਚ ਨਵੀਂ ਸਿੱਖਿਆ ਨੀਤੀ ਜਿਹੜੀ ਆ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ। ਨਵੀਂ ਸਿੱਖਿਆ ਨੀਤੀ ਤਹਿਤ ਜਿਹੜੀ ਉਹ ਸਿੱਧਾ ਸਿੱਧਾ ਸਾਫ ਸਪਸ਼ਟ ਰੂਪ ਵਿੱਚ ਹੈ ਕਿ ਇਹ ਪ੍ਰਾਈਵੇਟ ਸੈਕਟਰ ਨੂੰ ਬੜਾਵਾ ਦੇਣ ਦੇ ਲਈ, ਕਿਉਂਕਿ ਜਿੰਨੀਆਂ ਵੀ ਸਰਕਾਰੀ ਯੂਨੀਵਰਸਿਟੀਆਂ ਨੇ ਜਾਂ ਸਰਕਾਰੀ ਕਾਲਜ ਨੇ, ਸਰਕਾਰੀ ITIs ਨੇ, ਸਾਰਿਆਂ ਦਾ ਜਿਹੜਾ ਭੋਗ ਪਾਉਣ ਦੇ ਰਾਹ ਦੇ ਉੱਪਰ ਸਰਕਾਰ ਚੱਲੀ ਹੋਈ ਹੈ। ਸਰਕਾਰ ਜਿਹੜੇ ਪਹਿਲਾਂ ਹੀ ਸਰਕਾਰੀ ਯੂਨੀਵਰਸਿਟੀਆਂ ਜਾਂ ਕਾਲਜ ਨੇ ਉਹਨਾਂ ਨੂੰ ਵਿਕਸਿਤ ਕਰਨ ਦੀ ਬਜਾਏ ਉਹਨਾਂ ਨੂੰ ਜਿਹੜੀ ਮਾਲੀ ਸਹਾਇਤਾ ਦੇਣ ਦੀ ਬਜਾਏ ਜਿਹੜੀ ਨਵੀਂ ਸਿੱਖਿਆ ਲਿਆ ਕੇ ਨਵੀਂ ਸਿੱਖਿਆ ਨੀਤੀ ਲਿਆ ਕੇ ਜਿਹੜੇ ਉਹ ਵਿਦਿਆਰਥੀਆਂ ਦੇ ਔਰ ਇਸ ਐਜੂਕੇਸ਼ਨ ਸਿਸਟਮ 'ਤੇ ਜਿਹੜਾ ਫੋਕਲਾ ਚਾਹੀਦਾ ਇਹ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਜਿਹੜਾ ਉਹ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਬੜਾਵਾ ਦਿੰਦਾ। ਇੱਥੇ ਹੀ ਨਹੀਂ ਹੈਗਾ, ਇਸ ਐਜੂਕੇਸ਼ਨ ਦੇ ਵਿੱਚ ਜਿਹੜਾ ਕੁਆਲਿਟੀ ਦੇ ਬੇਸ ਦੇ ਉੱਪਰ ਕੁਆਲਿਟੀ ਦੇ ਪੱਧਰ ਦੇ ਉੱਪਰ ਜਿਹੜੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਬਹੁਤ ਸਾਰੀਆਂ ਵੀਕਨੈਸ ਨੇ ਜਿਹੜੀਆਂ ਉਹ ਕੁਆਲਿਟੀ ਦੀ ਬਜਾਏ ਕੁਆਲਿਟੀ ਨੂੰ ਛੱਡ ਰਹੀਆਂ ਨੇ। ਜਿਹੜੇ ਕਾਲਜਾਂ ਦੇ ਵਿੱਚ ਜਿਹੜੇ PhD ਤੱਕ ਦੇ ਜਾਂ ਕਾਲਜਾਂ ਨੂੰ ਡਿਗਰੀਆਂ ਦੇਣ ਦੇ ਅਧਿਕਾਰ ਦੇਣਾ ਔਰ ਯੂਨੀਵਰਸਿਟੀਆਂ ਦੀ ਜਿਹੜੀ ਖੁਦਮੁਖਤਾਰੀ ਆ ਜਾਂ ਯੂਨੀਵਰਸਿਟੀਆਂ ਦਾ ਜਿਹੜਾ ਆਪਣਾ ਢਾਂਚਾ ਆ ਉਹਨੂੰ ਜਿਹੜਾ ਖਰਾਬ ਕਰਨ ਦੇ ਵੱਧ ਹੀ ਜਾ ਰਹੀ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇਕਰ ਸਰਕਾਰ ਨੇ ਐਜੂਕੇਸ਼ਨ ਦੇ ਉੱਪਰ ਕਰਨਾ ਹੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਿਹੜਾ ਪੈਸੇ ਦੇਵੇ ਜਿਹੜੀ ਆਲਰੇਡੀ ਬਹੁਤ ਸਾਰੇ ਆਰਥਿਕ ਸੰਕਟ 'ਚ ਫਸੀ ਹੋਈ ਹੈ। ਇਸ ਕਰਕੇ ਸਿੱਖਿਆ ਨੀਤੀ ਸਰਕਾਰ ਆਪਣੇ ਭਾਗਣੀ ਕਰਨ ਦੇ ਏਜੰਡੇ ਨੂੰ ਜਿਹੜਾ ਲਾਗੂ ਕਰਨ ਦੀ ਜਿਹੜੀ ਪੂਰਾ ਪਲੈਨ ਕਰ ਰਹੀ ਆ, ਬਿਨਾਂ ਕਿਸੇ ਚਰਚਾ ਦੇ, ਬਿਨਾਂ ਕਿਸੇ ਸੰਸਦ ਦੇ ਵਿੱਚ ਚਰਚਾ ਦੇ ਜਿਹੜਾ ਉਹ ਉਹਨਾਂ ਨੇ ਇਸ ਦੀ ਉਲੰਘਣਾ ਕੀਤੀ ਆ, ਜਿਹੜੀ ਵਿਧਾਨ ਪਾਲਿਕਾ ਦੀ ਉਲੰਘਣਾ ਕੀਤੀ ਆ ਸਿਰਫ ਕਾਰਜਪਾਲਿਕਾ ਦੇ ਉੱਪਰ ਜਿਹੜਾ ਉਹਨਾਂ ਨੇ ਵੇਸਟ ਕੀਤਾ। ਇਸ ਦੇ ਨਾਲ ਹੀ ਜਿਹੜੀ ਆਨਲਾਈਨ ਸਿਸਟਮ ਦੇ ਨਾਂ ਦੇ ਉੱਤੇ ਵਿਦਿਆਰਥੀਆਂ ਦੀ ਲੁੱਟ ਕੀਤੀ ਜਾ ਰਹੀ, ਨਾ ਹੀ ਇਨਫਰਾਸਟਰਕਚਰ ਆ, ਨਾ ਹੀ ਕੋਈ ਢਾਂਚਾ ਆ, ਸਿਰਫ ਆਨਲਾਈਨ ਦੇ ਨਾਮ ਦੇ ਉੱਪਰ ਵਿਦਿਆਰਥੀਆਂ ਦੀ ਆਰਥਿਕ ਲੁੱਟ ਤੋਂ ਸਿਵਾਏ ਹੋਰ ਕੁਛ ਨਹੀਂ ਹੈਗਾ। ਵਿਦਿਆਰਥੀ ਜਗਤ ਦਾ ਮੰਨਣਾ ਹੈ ਕਿ ਸਰਕਾਰ ਨਵੀਂ ਸਿੱਖਿਆ ਨੀਤੀ ਦੇ ਤਹਿਤ ਵਿਦਿਆਰਥੀਆਂ ਦੇ ਹੱਕ ਖੋਹ ਰਹੀ ਹੈ ਅਤੇ ਆਪਣੀ ਮਨਮਰਜ਼ੀ ਕਰ ਰਹੀ ਹੈ, ਜਿਸ ਨਾਲ ਵਿਦਿਆਰਥੀ ਜਗਤ ਦੇ ਹੱਕਾਂ ਨੂੰ ਖੋਹ ਕੇ ਸਿੱਧੇ ਤੌਰ 'ਤੇ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ, ਜੋ ਬਿਲਕੁਲ ਗਲਤ ਹੈ, ਅਤੇ ਪ੍ਰਾਈਵੇਟ ਅਦਾਰੇ ਇਸ ਦਾ ਫਾਇਦਾ ਚੁੱਕਦੇ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸਿੱਧੀ ਲੁੱਟ ਖਸੁੱਟ ਕਰ ਰਹੀ ਹੈ। ਜਲੰਧਰ ਤੋਂ ਜਗਜੀਤ ਸਿੰਘ ਦੀ ਰਿਪੋਰਟ, ਆਜ ਸ਼ਾਮ ਪਲੱਸ।